ਇੰਡਸਟਰੀ ਦੇ ਵਿੱਚ 90% ਜਿਹੜੇ ਕਲਾਕਾਰ ਡਿਪਰੈਸ਼ਨ 'ਚ ਆ, ਕੋਈ ਹੋਰ ਦੇ ਕੰਮ ਕਰ ਨਹੀਂ ਸਕਦੇ, ਗੀਤ ਉਹਨਾਂ ਦੇ ਹਿੱਟ ਆ। ਕਰੋਨਾ ਦੀ ਮਹਾਮਾਰੀ ਦੇ ਚੱਲਦਿਆਂ ਅਸੀਂ ਸਾਰਿਆਂ ਨੇ ਦੇਖਿਆ ਕਿ ਪੂਰੀ ਦੁਨੀਆ ਦੇ ਵਿੱਚ ਵੱਡੇ ਵੱਡੇ ਕਾਰੋਬਾਰ ਵੀ ਇਸ ਮਹਾਮਾਰੀ ਦੀ ਭੇਟ ਚੜ ਗਏ, ਅਤੇ ਇਸੇ ਦੇ ਚੱਲਦਿਆਂ ਪੰਜਾਬੀ 뮤직 ਇੰਡਸਟਰੀ ਦੇ ਕਈ ਗਾਇਕਾਂ ਦੇ ਨਾਲ ਵੀ ਐਸਾ ਕੁਝ ਹੋਇਆ ਜੋ ਉਹ ਆਪਣੇ ਕਦੇ ਮੂੰਹੋਂ ਬਿਆਨ ਨਹੀਂ ਕਰ ਸਕਦੇ, ਅਤੇ ਇਸੇ ਨੂੰ ਲੈ ਕੇ ਹਾਲ ਹੀ ਵਿੱਚ ਗੀਤ ਤੇਰਾ ਚੇਤਾ 3 ਰਿਲੀਜ਼ ਹੋਣ ਤੋਂ ਬਾਅਦ ਮਸ਼ਹੂਰ ਪੰਜਾਬੀ ਗਾਇਕ ਮਨਿੰਦਰ ਬਾਠ ਦੇ ਨਾਲ ਗੱਲਬਾਤ ਹੋਈ, ਜਿਸ ਵਿੱਚ ਕਿ ਮਨਿੰਦਰ ਬਾਠ ਨੇ ਚੈਨਲ 7 ਰੰਗ ਦੇ ਉੱਤੇ ਆਪਣੇ ਸੰਘਰਸ਼ ਦੇ ਦਿਨਾਂ ਨੂੰ ਬਿਆਨ ਕਰਦਿਆਂ ਅੱਜ ਕੱਲ੍ਹ ਦੇ ਗਾਇਕਾਂ ਦਾ ਵੀ ਹਾਲ ਦੱਸਿਆ। ਕੀ ਕਹਿਣਾ ਹੈ ਮਨਿੰਦਰ ਬਾਠ ਦਾ ਅੱਜ ਕੱਲ੍ਹ ਦੇ ਗਾਇਕਾਂ ਬਾਰੇ, ਆਓ ਸੁਣਦੇ ਹਾਂ ਇਸ ਵੀਡੀਓ ਦੇ ਵਿੱਚ। ਉਹੀ ਗੱਲ ਪੁੱਛਣੀ ਸੀਗੀ ਕਿ ਹੁਣ ਖੁਸ਼ ਹੈ ਨਹੀਂ, ਮਤਲਬ ਕਿ ਤੁਸੀਂ ਸਟੇਟਸ 'ਚ ਜ਼ਿਕਰ ਕੀਤਾ ਹੋਇਆ ਸੀਗਾ ਕਿ ਮੈਂ ਮਤਲਬ ਕਿ ਫਿਰ ਵੀ ਖੁਸ਼ ਹੈ ਕਿ ਅੱਜ ਜੇ ਮੈਂ ਇੰਡੀਆ 'ਚ ਹੁੰਦਾ ਸ਼ਾਇਦ ਮੇਰੇ ਹਾਲਾਤ ਕੁਝ ਹੋਰ ਹੁੰਦੇ। ਹਾਂਜੀ, ਉਹ ਮੈਂ ਇਹ ਗੱਲ ਜਿਹੜੀ ਮੈਂ ਤਾਂ ਲਿਖ ਇਹ ਮੈਂ ਗੱਲ ਤਾਂ ਲਿਖੀ ਸੀ ਕਿ ਜੇ ਮੈਨੂੰ ਆਸਟ੍ਰੇਲੀਆ 'ਚ ਰਹਿੰਦੇ ਨੂੰ ਵੀ ਇਸ ਇੰਡਸਟਰੀ ਦੇ ਕੁਝ ਲੋਕਾਂ ਨੇ, ਸ਼ਾਤਰ ਲੋਕਾਂ ਨੇ ਮੇਰੀਆਂ ਲੱਤਾਂ ਕੀਤੀਆਂ, ਮੇਰੀਆਂ ਚੱਲਦੀਆਂ ਅੱਡਾਂ ਟੀਵੀ ਤੋਂ ਰੋਕੀਆਂ, ਅਤੇ ਜੇਕਰ ਮੈਂ ਇੰਡੀਆ ਹੁੰਦਾ ਅਤੇ ਜੇ ਮੈਂ ਇੱਥੋਂ ਦੇ PR ਨੂੰ ਵੀ ਪਹਿਲ ਨਾ ਦਿੰਦਾ ਤਾਂ ਮੈਂ ਇੰਡੀਆ ਹੁੰਦਾ, ਅਤੇ ਸ਼ਾਇਦ ਕਿਉਂਕਿ ਮੈਂ ਐਡੇ ਤਗੜੇ ਪਰਿਵਾਰ ਦੇ ਵਿੱਚੋਂ ਨਹੀਂ ਹੈ, ਓਬਵੀਅਸਲੀ ਵੀ ਮੇਰਾ ਕੀ ਕਹਿੰਦੇ ਮਿਡਲ ਕਲਾਸ ਫੈਮਿਲੀ ਦੇ ਵਿੱਚੋਂ ਮੈਂ, ਅਤੇ ਕੋਈ ਬਹੁਤੀਆਂ ਜਗੀਰਾਂ ਦੇ ਮਾਲਕ ਨਹੀਂ, ਅਤੇ ਜੇ ਮੈਨੂੰ ਆਸਰਾ ਮਿਲਿਆ ਤਾਂ ਆਸਟ੍ਰੇਲੀਆ ਦੀ ਧਰਤੀ ਦਾ ਮਿਲਿਆ, ਇਸ ਧਰਤੀ ਦਾ ਵੀ ਮੈਂ ਬਹੁਤ ਜ਼ਿਆਦਾ ਸ਼ੁਕਰਗੁਜ਼ਾਰ ਹਾਂ। ਉਹ ਮੈਂ ਗੱਲ ਤਾਂ ਲਿਖੀ ਸੀਗੀ ਜੇ ਮੈਂ ਇੰਡੀਆ 'ਤੇ ਹੁੰਦਾ ਤਾਂ ਸ਼ਾਇਦ ਹੋ ਸਕਦਾ ਵੀ ਮੈਂ ਇੱਧਰ ਤਾਂ ਸੈਟਲ ਡਾਊਨ ਤੋਂ ਵੀ ਜਾਂਦਾ ਅਤੇ ਉੱਧਰ ਮੇਰਾ ਗਾਇਕੀ ਦੇ ਵਿੱਚ ਵੀ ਲੱਤਾਂ ਖਿੱਚਣ ਵਾਲਿਆਂ ਨੇ ਮੇਰਾ ਕੰਮ ਕਰ ਦੇਣਾ ਸੀ। ਪਰਮਾਤਮਾ ਕਹਿੰਦੇ ਕਿ ਜੋ ਕਰਦਾ ਹੈ ਨਾ ਉਹ ਮਤਲਬ ਕਿ ਸਹੀ ਕਰਦਾ, ਇਨਸਾਨ ਨੂੰ ਜਿਸ ਟਾਈਮ ਮਤਲਬ ਕਿ ਹੋ ਰਿਹਾ ਹੁੰਦਾ ਉਦੋਂ ਬੰਦੇ ਨੂੰ ਇਹ ਲੱਗਦਾ ਕਿ ਯਾਰ ਮੇਰੇ ਨਾਲ ਸ਼ਾਇਦ ਧੱਕਾ ਹੋ ਗਿਆ, ਰੱਬ ਮੇਰੇ ਬਾਰੇ ਸੋਚਦਾ ਨਹੀਂ ਹੈਗਾ, ਪਰ ਮਤਲਬ ਕਿਤੇ ਨਾ ਕਿਤੇ ਸਹੀ ਹੈ ਕਿਉਂਕਿ ਭਾਅ ਜੀ ਅੱਜ ਦੇ ਹਾਲਾਤ ਜੇ ਕਹਿ ਲਈਏ, ਪਿਛਲੇ ਹੁਣ ਜਿਹੜੇ 2020 ਦਾ ਸਾਲ ਹੈਗਾ, ਇਹ ਸਾਰੀ ਇੰਡਸਟਰੀ ਦੇ ਲਈ, ਸਾਰੀ ਦੁਨੀਆ ਦੇ ਲਈ ਇੱਕ ਮਤਲਬ ਕਿ ਬਹੁਤ ਮਾੜਾ ਸਾਲ ਰਿਹਾ ਹੈ ਨਾ, ਕਿ ਜਿਹਦੇ ਵਿੱਚ ਕਿ ਇਨਸਾਨ ਨੇ ਉਹ ਹਾਲਾਤ ਵੀ ਦੇਖ ਲਏ ਜਿਹੜੇ ਕਦੇ ਸੋਚੇ ਵੀ ਨਹੀਂ ਸੀ ਸੁਪਨਿਆਂ ਦੇ ਵਿੱਚ, ਹੈ ਨਾ। ਅਤੇ ਇਹਨਾਂ ਦੇ ਵਿੱਚ ਹੀ ਸ਼ਾਮਿਲ ਭਾਅ ਜੀ ਪੰਜਾਬੀ 뮤직 ਇੰਡਸਟਰੀ ਦੇ ਗਾਇਕ ਵੀ ਨੇ, ਕਿਉਂਕਿ ਜੇ ਆਪਾਂ ਗੱਲ ਕਰੀਏ ਪੰਜਾਬੀ ਗਾਇਕਾਂ ਦੀ, ਹੈ ਨਾ, ਪੰਜਾਬੀ ਗਾਇਕ ਹੀ ਐਸੇ ਹੈ ਕਿ ਉਹਨਾਂ ਦਾ ਕੋਈ ਹੋਰ ਬਿਜ਼ਨਸ ਹੁੰਦਾ ਨਹੀਂ ਹੈਗਾ, ਅਤੇ ਉਹ ਸਿਰਫ ਸਿੰਗਿੰਗ ਦੇ ਉੱਪਰ ਡਿਪੈਂਡ ਹੈ। ਅਤੇ ਬਹੁਤ ਸਾਰੇ ਐਸੇ ਆਰਟਿਸਟ ਨੇ ਜਿਨ੍ਹਾਂ ਦੇ ਇੱਕ ਇੱਕ ਦੋ ਦੋ ਗਾਣੇ ਹਿੱਟ ਨੇ, ਬਟ ਫਿਰ ਵੀ ਉਹਨਾਂ ਦੀ ਸਟਰਗਲ ਚੱਲ ਰਹੀ ਹੈ। ਅਤੇ ਭਾਅ ਜੀ ਮੈਂ ਇਹ ਸੋਚਦਾ ਹੁੰਦਾ ਕਿ ਉਹ ਆਰਟਿਸਟ ਕਿਸ ਕੈਟੇਗਰੀ 'ਚ ਆਉਣਗੇ, ਕਿ ਉਹ ਬੰਦੇ ਮਤਲਬ ਕਿ ਕਿੰਨਾ ਜ਼ਿਆਦਾ ਡਿਪਰੈਸ਼ਨ ਦੇ ਵਿੱਚ ਹੋਣਗੇ ਕਿ ਯਾਰ ਮੈਂ ਹਿੱਟ ਵੀ ਹੈਗਾ ਅਤੇ ਮੈਂ ਹੋਰ ਕੋਈ ਕੰਮ ਵੀ ਨਹੀਂ ਕਰ ਸਕਦਾ। ਬਿਲਕੁਲ ਬਿਲਕੁਲ ਸੱਤੀ ਜੀ, ਆ ਤੁਹਾਡੀ ਆ ਜਿਹੜੀ ਤੁਹਾਡੀ ਗੱਲ ਹੈ ਨਾ, ਬਿਲਕੁਲ ਸਹੀ ਆ। ਮੈਂ ਇਹ ਗੱਲ ਕਹਿ ਸਕ, ਕੁਝ ਕੁ ਚੰਦ ਕਲਾਕਾਰਾਂ ਕੋਲ ਪ੍ਰੋਗਰਾਮ ਹੈ, ਚੰਦ ਕਲਾਕਾਰ ਜਿਹੜੇ ਫਿਲਮਾਂ ਕਰ ਰਹੇ ਆ, ਚਲੋ ਉਹਨਾਂ ਦਾ ਵਧੀਆ ਰੋਟੀ ਫੁਲਕਾ ਚੱਲਿਆ, ਵਧੀਆ ਘੈਂਟ ਲਾਈਫ ਉਹਨਾਂ ਦੀ। ਅਤੇ ਜਿਹੜੇ ਕੁਝ ਕਲਾਕਾਰ, ਜ਼ਿਆਦਾ ਕਲਾਕਾਰ ਜਿਹੜੇ 90% ਤੁਸੀਂ ਲਾ ਲਓ ਕਲਾਕਾਰ ਜਿਹੜੇ ਮੋਹਾਲੀ ਚੰਡੀਗੜ੍ਹ ਦੇ ਵਿੱਚ ਬੈਠੇ ਆ ਵਿਚਾਰੇ ਫਲੈਟ ਲੈ ਕੇ, ਉਹ ਕੋਈ ਹੋਰ ਦੇ ਕੰਮ ਕਰ ਨਹੀਂ ਸਕਦੇ, ਗੀਤ ਉਹਨਾਂ ਦੇ ਹਿੱਟ ਆ, ਗੀਤ ਉਹਨਾਂ ਦੇ ਹਿੱਟ ਆ, ਲੋਕਾਂ ਦੇ ਵਿੱਚ ਵਿਚਰਨਾ ਉਹਨਾਂ ਨੂੰ ਵਧੀਆ ਤਰੀਕੇ ਨੇ ਪਹਿਲਾਂ, ਪਰ ਪ੍ਰੋਗਰਾਮ ਉਹਨਾਂ ਕੋਲ ਹੈ ਨਹੀਂ। ਅਤੇ ਕਹਿ ਸਕਦੇ ਵੀ ਇੰਡਸਟਰੀ ਦੇ ਵਿੱਚ 90% ਜਿਹੜੇ ਕਲਾਕਾਰ ਡਿਪਰੈਸ਼ਨ 'ਚ ਆ, ਮਤਲਬ ਆਹ ਹੁਣ ਉਹ ਪਹਿਲਾਂ ਹੀ ਜ਼ਿਆਦਾ ਪਰੇਸ਼ਾਨ ਸੀਗੇ, ਆ ਹੁਣ ਜਿਹੜਾ ਕਰੋਨਾ ਨੇ ਮਹਾਂਮਾਰੀ ਨੇ ਕਰਤਾ ਕੰਮ, ਇਹਦੇ ਨਾਲ ਸਗੋਂ ਜ਼ਿਆਦਾ ਬਹੁਤ ਜ਼ਿਆਦੀਆਂ ਪਰੇਸ਼ਾਨੀਆਂ ਸਾਡੇ ਕੋਈ ਕਈ ਸਿੰਗਰ ਵੀਰਾਂ ਦੀਆਂ ਜਿਹੜੀਆਂ ਉਹ ਵਧੀਆ ਨੇ। ਸੋ ਹੁਣ ਇਸ ਵੀਡੀਓ ਨੂੰ ਦੇਖ ਕੇ ਤੁਹਾਡਾ ਕੀ ਕਹਿਣਾ ਮਨਿੰਦਰ ਬਾਠ ਬਾਰੇ, ਵੀਡੀਓ ਥੱਲੇ ਕਮੈਂਟ ਕਰਕੇ ਜ਼ਰੂਰ ਦੱਸਿਓ, ਅਤੇ ਕੌਣ ਕੌਣ ਹੈ ਮਨਿੰਦਰ ਬਾਠ ਦਾ ਤੇਰਾ ਚੇਤਾ ਤੋਂ ਫੈਨ, ਵੀਡੀਓ ਥੱਲੇ ਕਮੈਂਟ ਕਰਕੇ ਇਹ ਵੀ ਦੱਸਣਾ ਨਾ ਭੁੱਲਣਾ, ਅਤੇ ਹੋਰ ਨਵੇਂ ਅਪਡੇਟਸ ਦੇ ਲਈ ਸਾਡਾ ਚੈਨਲ ਫੇਸਬੁੱਕ ਅਤੇ ਇੰਸਟਾਗ੍ਰਾਮ ਉੱਤੇ ਲਾਈਕ ਅਤੇ ਫੋਲੋ ਕਰ ਲਓ, ਅਤੇ ਯੂਟਿਊਬ ਉੱਤੇ ਸਬਸਕ੍ਰਾਈਬ ਕਰ ਲਓ। ਬਿਊਰੋ ਰਿਪੋਰਟ ਚੈਨਲ 7 ਰੰਗ, ਫੋਰ ਮੋਰ ਅਪਡੇਟਸ ਸਬਸਕ੍ਰਾਈਬ ਚੈਨਲ 7 ਰੰਗ .com।